ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜੋਬ ਸਿੱਖੇ ਇੰਡੀਆ ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਤੁਸੀਂ ਹਜੇ ਤੱਕ ਸਬਸਕ੍ਰਾਈਬ ਕਰਕੇ ਨਹੀਂ ਰੱਖਿਆ ਵੀਡੀਓ ਦੇ نیچے ਤੁਹਾਨੂੰ ਇੱਕ ਸਬਸਕ੍ਰਾਈਬ ਵਾਲਾ ਬਟਨ ਠੀਕ ਜਾਊਗਾ ਤੇ ਨਾਲ ਹੀ ਉਸ ਦੇ ਘੰਟੀ ਵਾਲਾ ਬਟਨ ਵੀ ਆ ਜਾਵੇਗਾ ਉਸ ਨੂੰ ਵੀ ਦਬਾ ਦਿਨਾ ਤਾਂ ਕਿ ਇਨ ਫਿਊਚਰ ਜਦੋਂ ਵੀ ਮੈਂ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਲਾਈਫਟਾਈਮ ਲਈ ਜਿਹੜਾ ਉਸ ਦਾ ਫ੍ਰੀ ਵਿੱਚ ਨੋਟੀਫਿਕੇਸ਼ਨ ਮਿਲਦਾ ਰਹੇ ਜ਼ਿਆਦਾ ਟਾਈਮ ਵੇਸਟ ਨਾ ਕਰ ਦਿਓ ਵੀਡੀਓ ਸ਼ੁਰੂ ਕਰਦੇ ਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਪੋਸਟਾਂ ਦੀ ਜਿਹੜੀ ਇਹ ਅਨਾਉਂਸਮੈਂਟ ਹੋਈ ਹੈ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਜਿਹੜੀਆਂ ਨੇ ਪੋਸਟਾਂ ਨੇ ਉਹ ਆ ਚੁੱਕੀਆਂ ਨੇ ਤੇ ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਇਹ ਪੂਰਾ ਨੋਟੀਫਿਕੇਸ਼ਨ ਦਿਖਾ ਦਿੰਦਾ ਜੀ ਕਿਸ- ਪ੍ਰਾਇਮਰੀ ਪ੍ਰੀ ਪ੍ਰਾਇਮਰੀ ਐਗਜ਼ਾਮੀਨੇਸ਼ਨ ਦੇ ਲਈ ਜਿਹੜੀਆਂ ਹੈ ਪੋਸਟਾਂ ਆਈਆਂ ਨੇ ਆ ਪੀ ਪੀ ਐਸ ਸੀ ਵੱਲੋਂ ਜਿਹੜੀਆਂ ਹੈ ਪੋਸਟਾਂ ਆਈਆਂ ਨੇ ਫ फेब्रुवारी ਦੇ ਵਿੱਚ ਜਿਹੜਾ ਜੀ ਇਸ ਦਾ ਐਗਜ਼ਾਮ ਲਿਆ ਜਾਵੇਗਾ ਸਭ ਤੋਂ ਪਹਿਲਾਂ ਜਿਹੜੀ ਪੋਸਟ ਹੈ ਜੀ ਪੰਜਾਬ ਸਿਵਲ ਸਰਵਿਸ ਐਗਜ਼ੀਕਿਊਟਿਵ ਬ੍ਰਾਂਚ ਦੇ ਵਿੱਚ ਵੀ ਪੋਸਟਾਂ ਆਈਆਂ ਨੇ ਜੀ ਇਸ ਤੋਂ ਬਾਅਦ ਡਿਪਟੀ ਸੁਪਰਡੈਂਟ ਆਫ ਪੁਲਿਸ ਵਿੱਚ ਛੇ ਪੋਸਟਾਂ ਨੇ ਜੀ ਤਹਿਸੀਲਦਾਰ ਦੀਆਂ ਚਾਰ ਪੋਸਟਾਂ ਨੇ ਜੀ ਫੂਡ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਆਫੀਸਰ ਦੀਆਂ ਦੋ ਪੋਸਟਾਂ ਨੇ ਜੀ ਬਲਾਕ ਐਂਡ ਡਿਵੈਲਪਮੈਂਟ ਐਂਡ ਪੰਚਾਇਤ ਆਫੀਸਰ ਦੀਆਂ ਜਿਹ register of cooperative society ਦੇ ਵਿੱਚ ਚਾਰ ਪੋਸਟਾਂ ਨੇ ਜੀ ਲੇਬਰ ਐਂਡ ਕੌਂਸਿਲੇਸ਼ਨ ਆਫੀਸਰ ਦੀ ਇੱਕ ਪੋਸਟ ਹੈ ਜੀ এমਪਲॉयਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਆਫੀਸਰ ਦੀਆਂ ਛੇ ਪੋਸਟਾਂ ਨੇ ਜੀ ਡਿਪਟੀ ਸੁਪਰਡੈਂਟ ਜੇਲਸ ਡਿਸਟ੍ਰਿਕਟ ਪ੍ਰੋਫੈਸ਼ਨ ਆਫੀਸਰ ਗ੍ਰੇਡ 2 ਦੀਆਂ ਜਿਹੜੀਆਂ ਨੇ ਜੀ 10 ਪੋਸਟਾਂ ਨੇ ਇਸ ਦੇ ਵਿੱਚ ਜਿਹੜੀਆਂ ਟੋਟਲ ਪੋਸਟਾਂ ਨੇ ਜੀ ਪੀਪੀਐਸਸੀ ਦੇ ਵਿੱਚ ਸਿਵਲ ਦੇ ਵਿੱਚ ਜਿਹੜੀਆਂ 75 ਪੋਸਟਾਂ ਕੋਆਵਲ ਟੋਟਲ ਆਈਆਂ ਹੋਈਆਂ ਨੇ ਇਸ ਦੇ ਵਿੱਚ ਜਿਹੜੀ ਪੇ ਦਿੱਤੀ ਜਾਣ ਵਾਲੀ ਹੈ ਜੀ ਤੁਹਾਨੂੰ 7th ਜਿਹੜਾ 7ਵਾਂ ਪੇ ਕਮਿਸ਼ਨ ਹੈ ਜੀ ਉਸ ਦੇ ਅਕੋਰਡਿੰਗ ਦਿੱਤੀ ਜਾਵੇ ਅਲੱਗ-ਅਲੱਗ ਜਿਹੜੀਆਂ ਕੈਟਾਗਰੀ ਵਾਈਜ਼ ਵੀ ਡਿਟੇਲ ਪੂਰੀ ਦਿੱਤੀ ਹੋਈ ਹੈ ਇਸ ਜਿਹੜੀ ਪੀਡੀਐਫ ਹੈ ਜੀ ਇਸ ਦੇ 24 44 ਜਿਹੜੇ ਨੇ ਜੀ 44 ਪੇਜ ਦਿੱਤੇ ਹੋਏ ਨੇ ਕਾਫੀ ਲੰਬੀ ਚੌੜੀ ਜਿਹੜੀ ਇਹ ਪੀਡੀਐਫ ਦਿੱਤੀ ਹੋਈ ਹੈ ਇਸ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਇਹ ਪੋਸਟਾਂ ਆਈਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨੇ ਪੇਪਰ ਹੋਣਗੇ ਜੀ ਇਹਨਾਂ ਦੇ ਕਾਫੀ ਲੰਬਾ ਚੌੜੀ ਜਿਹੜੀ ਇਹ ਪੀਡੀਐਫ ਹੈ ਇਹ ਵੀਡੀਓ ਦੇ ਨੀਚੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਇਸ ਦਾ ਲਿੰਕ ਪ੍ਰੋਵਾਈਡ ਕੀਤਾ ਹੋਵੇਗਾ ਤੁਹਾਨੂੰ ਉੱਥੇ ਮਿਲ ਜਾਵੇਗਾ ਤੇ ਇਸ ਤੋਂ ਬਾਅਦ ਫੀਸ ਦੀ ਗੱਲ ਕਰ ਲੈਣੇ ਜੀ ਫੀਸ ਜਿਹੜੀ ਹੈ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬ ਆਫ ਆਲ ਸਟੇਟ ਪੈਕਵਰਡ ਕਲਾਸਸ ਆਫ ਪੰਜਾਬ ਦੇ ਵਿੱਚ ਜਿਹੜੀ ਆਨਲਾਈਨ ਅਪਲੀਕੇਸ਼ਨ ਫੀਸ ਹੈ ਜੀ ਉਹ 500 ਰੁਪਏ ਫੀਸ ਹੈ ਜੀ ਤੇ ਐਗਜ਼ਾਮੀਨੇਸ਼ਨ ਫੀਸ ਜਿਹੜੀ ਹੈ 625 ਰੁਪਏ ਟੋਟਲ ਜਿਹੜੀ ਫੀਸ ਹੈ ਜੀ 1125 ਰੁਪਏ ਲਈ ਜਾਵੇਗੀ ਐਕਸ ਸਰਵਿਸਮੈਨ ਦੇ ਲਈ 50 ਜਿਹੜੀ ਰੁਪਏ ਫੀਸ ਹੈ ਜੀ ਆਨਲਾਈਨ ਐਪਲੀਕੇਸ਼ਨ ਚਾਰजेस ਨੇ ਤੇ ਐਗਜ਼ਾਮੀਨੇਸ਼ਨ ਫੀਸਿਸ ਦੇ ਵਿੱਚ ਨਹੀਂ ਹੈ ਤੇ ਟੋਟਲ ਜਿਹੜੀ 500 ਰੁਪਏ ਫੀਸ ਹੋਣ ਵਾਲਿਆ ਜੀ ਐਕਸ ਸਰਵਿਸਮੈਨ ਦੇ ਲਈ ਤੇ ਆਲ ਅਦਰ ਕੈਟਾਗਰੀ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਜੀ ਉਸ ਦੇ ਵਿੱਚ ਜਿਹੜੀ ਟੋਟਲ ਫੀਸ ਹੋਣ ਵਾਲੀ ਹੈ ਜੀ ਆਨਲਾਈਨ ਐਪਲੀਕੇਸ਼ਨ ਚਾਰजेस ਜਿਹੜੇ ਨੇ 500 ਰੁਪਏ ਤੇ ਜਿਹੜੀ ਐਗਜ਼ਾਮੀਨੇਸ਼ਨ ਫੀ 2500 ਰੁਪਏ ਅਤੇ ਟੋਟਲ ਫੀਸ ਜਿਹੜੀ ਹੈ ਜੀ 3000 ਰੁਪਏ ਇਸ ਦੇ ਵਿੱਚ ਲਈ ਜਾਵੇਗੀ ਫਿਜ਼ੀਕਲੀ ਹੈਂਡੀਕੈਪ ਜਿਹੜੇ ਨੇ ਜੀ ਪੰਜਾਬ ਦੇ ਵਿੱਚ ਨੇ ਜੀ 500 ਰੁਪਏ ਆਨਲਾਈਨ ਐਪਲੀਕੇਸ਼ਨ ਚਾਰजेस ਐਗਜ਼ਾਮੀਨੇਸ਼ਨ ਫੀ 1250 ਰੁਪਏ ਹੈ ਜੀ ਤੇ ਇਸ ਤੋਂ ਬਾਅਦ ਟੋਟਲ ਫੀਸ ਜਿਹੜੀ ਹੈ ਜੀ 1750 ਰੁਪਏ ਜਿਹੜੀ ਫੀਸ ਦਿੱਤੀ ਹੋਈ ਹੈ ਜਿਹੜਾ ਨੋਟੀਫਿਕੇਸ਼ਨ ਦਾ ਲਿੰਕ ਹੈ ਜੀ ਵੀਡੀਓ ਦੇ ਨੀਚੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕੀਤਾ ਹੋਇਆ ਮਿਲ ਜਾਵੇਗਾ ਤੁਸੀਂ ਇਸ ਨੂੰ ਧਿਆਨ ਨਾਲ ਪੜ੍ਹਨਾ ਹੈ ਜਿਸ ਪ ਪੋਸਟ ਅਨੈਜੀ ਕਾਫੀ ਹਾਈ ਲੈਵਲ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਇਸ ਦੇ ਵਿੱਚ ਤੁਸੀਂ ਇਸ ਪੋਸਟਾਂ ਨੂੰ ਧਿਆਨ ਦੇ ਨਾਲ ਦੇਖ ਲੈਣਾ ਜੀ ਤੇ ਧਿਆਨ ਦੇ ਨਾਲ ਹੀ ਇਹ ਪੂਰਾ ਨੋਟੀਫਿਕੇਸ਼ਨ ਪੜਨ ਤੋਂ ਬਾਅਦ ਤੁਸੀਂ ਇਹਨਾਂ ਪੋਸਟਾਂ ਲਈ ਜਿਹੜਾ ਹੈ ਜੀ ਅਪਲਾਈ ਕਰਨਾ ਹੈ ਜੇਕਰ ਤੁਸੀਂ ਉਸ ਪੋਸਟ ਲਈ एलिजिਬਲ ਹੋ ਕਿਉਂਕਿ ਇਹਨਾਂ ਪੋਸਟਾਂ ਦੇ ਵਿੱਚ ਫੀਸ ਕਾਫੀ ਦਿੱਤੀ ਜਾਂਦੀ ਹੈ ਜੀ ਪੀਪੀਐਸਸੀ ਵੱਲੋਂ ਜਿਹੜੀ ਫੀਸ ਹੈ ਉਹ ਕਾਫੀ ਲਈ ਜਾਂਦੀ ਹੈ ਇਸ ਕਰਕੇ ਫੀਸ ਨੂੰ ਖਰਾਬ ਕੀਤੇ ਬਿਨਾ ਧਿਆਨ ਨਾਲ ਪਹਿਲਾਂ ਨੋਟੀਫਿਕੇਸ਼ਨ ਪੜਨਾ ਜੀ ਤੁਸੀਂ ਉਸ ਤੋਂ ਬਾਅਦ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਜਿਹੜਾ ਅਪਲਾਈ ਕਰਨਾ ਹੈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਵਾਰੀ ਲਾਈਕ ਜ਼ਰੂਰ ਕਰ ਦਿਓ ਕਿਉਂਕਿ ਇਸ ਨਾਲ ਸਾਨੂੰ ਕਾਫੀ ਮੋਟੀਵੇਸ਼ਨ ਮਿਲਦਾ ਹੈ ਤੇ ਵੀਡੀਓ ਦੇ ਨੀਚੇ ਮੇਰੀ ਪਰਸ ਫੋਲੋ ਜਰੂਰ ਕਰਨਾ ਜੀ ਥੈਂਕ ਯੂ ਫਰੈਂਡਸ ਥੈਂਕ ਯੂ ਫॉर ਵਾਚਿੰਗ ਜੋਬਸ ਜੀ ਕੇ ਇੰਡੀਆ ਚੈਨਲ